ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਾ ਪੰਜਾਬ ਟੀਵੀ ਤੇ ਮੈਂ ਆ ਜੱਜ ਸਿੰਘ ਚਾਹਲ ਫਰੀਦਕੋਟ ਦੇ ਜਸਪਾਲ ਸਿੰਘ ਕਾਨ ਨੂੰ ਲੈ ਕੇ ਪੂਰੀ ਤਰ੍ਹਾਂ ਮਸਲਾ ਭਖਦਾ ਦਿਖਾਈ ਦੇ ਰਿਹਾ ਲੱਖਾ ਸਧਾਣਾ ਅਤੇ ਕੁਝ ਹੋਰ ਜਥੇਬੰਦੀਆਂ ਨੇ ਕੱਲ ਇੱਕ ਪੈਦਲ ਮਾਰਚ ਕੀਤਾ ਅਤੇ ਉਸ ਤੋਂ ਬਾਅਦ ਐਮਐਲਏ ਕਿੱਕੀ ਢਿੱਲੋਂ ਦੇ ਘਰ ਦੇ ਬਾਹਰ ਇੱਕ ਧਰਨਾ ਪ੍ਰਦਰਸ਼ਨ ਕੀਤਾ ਗਿਆ ਜਿਸ ਤੋਂ ਬਾਅਦ ਲੱਖਾ ਸਧਾਣਾ ਦਾ ਕਹਿਣਾ ਹੈ ਕਿ ਅਸੀਂ ਪਰਿਵਾਰ ਦੇ ਨਾਲ ਪੀੜਿਤ ਪਰਿਵਾਰ ਦੇ ਨਾਲ ਪੂਰੀ ਤਰ੍ਹਾਂ ਖੜੇ ਆ ਪਰਿਵਾਰ ਬਹੁਤ ਜ਼ਿਆਦਾ ਦੁਖੀ ਆ ਉਹਦਾ ਦੁੱਖ ਬੜਾ ਉਹ ਪਰਿਵਾਰ ਹੀ ਸਮਝ ਸਕਦਾ ਪਿਓ ਸਮਝ ਸਕਦਾ ਜਾਂ ਮਾਂ ਸਮਝ ਸਕਦੀ ਆ ਉਹ ਦੁਖੀ ਹੋਇਆ ਵਿਚਾਰਾ ਐਨ ਅੱਗ ਨੂੰ ਤਪਦੀ ਹੋਈ ਸੜਕ 'ਤੇ ਲੇਟਿਆ ਹੋਇਆ ਤਾਂ ਅਸੀਂ ਤਾਂ ਪਹਿਲੇ ਤੋਂ ਨਹੀਂ ਕਿਹਾ ਵੀ ਪਰਿਵਾਰ ਦੇ ਨਾਲ ਜੇ ਪਰਿਵਾਰ ਨੇ ਜਾਮ ਲਾਇਆ ਪੁਲ 'ਤੇ ਤਾਂ ਅਸੀਂ ਪਰਿਵਾਰ ਦੇ ਨਾਲ ਬੈਠੇ ਹਾਂ ਸੋ ਜੇ ਪਰਿਵਾਰ ਅੱਗੇ ਕੋਈ ਹਾਈਵੇ ਜਾਮ ਕਰਨਾ ਅਸੀਂ ਹਾਈਵੇ ਵੀ ਜਾਮ ਕਰਾਂਗੇ ਸੋ ਇਹੋ ਜਿਹੀ ਗੱਲ ਨਹੀਂ ਹੈਗੀ ਕਿ ਅੱਜ ਜੇ ਇੱਕ ਕਿੱਟ ਲਾਉਂਦੀ ਕੋਠੀ ਵੱਲ ਮਾਰਚ ਗਿਆ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਪੂਰੇ ਪੰਜਾਬ ਦੇ ਵਿੱਚੋਂ ਲੋਕ ਆਏ ਨੇ ਤਾਂ ਇੱਕ ਦਬਾਅ ਇੱਕ ਪ੍ਰੈਸ਼ਰ ਤਾਂ ਇਹ ਸਰਕਾਰ 'ਤੇ ਜਾਂ ਪੁਲਿਸ 'ਤੇ ਹੈਗਾ ਹੀ ਆ ਦੂਜੇ ਪਾਸੇ ਜਸਪਾਲ ਸਿੰਘ ਦੇ ਪਿਤਾ ਦਾ ਕਹਿਣਾ ਹੈ ਕਿ ਜਿੰਨੀ ਦੇਰ ਤੱਕ ਉਹਨਾਂ ਦੇ ਪੁੱਤਰ ਦੀ ਲਾਸ਼ ਪੁਲਿਸ ਵਾਲੇ ਉਹਨਾਂ ਨੂੰ ਨਹੀਂ ਦਿਖਾਉਂਦੇ ਜਾਂ ਫਿਰ ਸੱਚਾਈ ਨਹੀਂ ਦੱਸਦੇ ਉਹ ਪਿੱਛੇ ਹਟਣ ਵਾਲੇ ਨਹੀਂ ਮੈਂ ਇਹ ਕਹਿਣਾ ਚਾਹੁੰਦਾ ਵੀ ਜਿੰਨਾ ਚਿਰ ਮੇਰੇ ਪੁੱਤ ਦੀ ਲਾਸ਼ ਦਾ ਨਹੀਂ ਨਿਆਂ ਦਿੰਦੇ ਮੈਂ ਉਹਨਾਂ ਚਿਰ ਸੜਕਾਂ 'ਤੇ ਛੱਡਾਂਗਾ ਹੁਣ ਕਹਿੰਦੇ ਵੀ ਦਫ਼ਤਰ ਜਾ ਕੇ ਦੱਸਦੇ ਹਾਂ ਮੈਨੂੰ ਆਪਦੇ ਮੂੰਹ ਨਾਲ ਜਿੰਨਾ ਚਿਰ ਕਹਿੰਦਾ ਨਹੀਂ ਵੀ ਮੈਂ ਲਾਸ਼ ਮੇਰੀ ਤੇਰੀ ਕਿੱਥੇ ਆ ਉਹਨਾਂ ਚਿਰ ਮੈਂ ਸੜਕਾਂ 'ਤੇ ਛੱਡਾਂਗਾ ਮੈਂ ਜਿੰਨਾ ਚਿਰ ਮੈਨੂੰ ਆਪਦੇ ਮੂੰਹ ਨਾਲ ਨਹੀਂ ਨਾ ਕਹਿੰਦਾ ਵੀ ਕਿੱਥੇ ਆ ਉਹਨਾਂ ਚਿਰ ਮੈਂ ਨਹੀਂ ਛੱਡਣਾ ਜਿੰਨਾ ਚਿਰ ਦੋਸ਼ੀ ਨੇ ਦੋਸ਼ ਸਜ਼ਾ ਨਹੀਂ ਮਿਲ ਜਾਂਦੀ ਤੇ ਗੁਰਵੀਰ ਸਿੰਘ ਫੜ ਨਹੀਂ ਲੈਂਦੇ ਇਹ ਜੋ ਪੈਦਲ ਮਾਰਚ ਅਤੇ ਧਰਨਾ ਦਿੱਤਾ ਗਿਆ ਉਸ ਦੇ ਵਿੱਚ ਕਾਫੀ ਜਥੇਬੰਦੀਆਂ ਅਤੇ ਯੂਨੀਅਨਾਂ ਨੇ ਭਾਗ ਲਿਆ ਇੱਕ ਯੂਨੀਅਨ ਦੇ ਪ੍ਰਧਾਨ ਦਾ ਤਾਂ ਇਥੋਂ ਤੱਕ ਕਹਿਣਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਚੁੱਪ ਸਾਜ਼ਿਸ਼ੀ ਚੁੱਪ ਹੈ ਪੰਜਾਬ ਦੀ ਕੈਪਟਨ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਗ੍ਰਹਿ ਮੰਤਰੀ ਵੀ ਉਹ ਨੇ ਪੰਜਾਬ ਸਰਕਾਰ ਨੇ ਇਸ ਮਾਮਲੇ 'ਤੇ ਸਾਜ਼ਿਸ਼ੀ ਚੁੱਪ ਧਾਰੀ ਹੋਈ ਆ ਐਡਾ ਵੱਡਾ ਮਾਮਲਾ ਦੁਨੀਆ ਪੱਧਰ 'ਤੇ ਪਹੁੰਚ ਚੁੱਕਾ ਕਿ ਅੱਜ ਇੱਕ ਨੌਜਵਾਨ ਨੂੰ ਪੁਲਿਸ ਕਤਲ ਕਰ ਦਿੰਦੀ ਆ ਉਹਦੀ ਲਾਸ਼ ਖੁਰਦਬੁਰਦ ਕਰ ਦਿੱਤੀ ਜਾਂਦੀ ਆ ਇੱਕ ਪਾਸੇ ਕੈਪਟਨ ਅਮਰਿੰਦਰ ਕਹਿੰਦੇ ਆ ਕਿ ਅਸੀਂ ਅਮਨ ਕਾਨੂੰਨ ਬਹਾਲ ਕਰਤਾ ਗੈਂਗਸਟਰਾਂ ਨੂੰ ਕਾਬੂ ਕਰ ਲਿਆ ਪਰ ਇੰਨਾ ਕੁਛ ਉਹਨਾਂ ਦੇ ਰਾਹ 'ਚ ਹੋ ਰਿਹਾ ਉਹਨਾਂ ਨੇ ਇੱਕ ਚੁੱਪ ਜਿਹੜੀ ਹੈਗੀ ਹੈ ਧਾਰੀ ਹੋਈ ਆ ਇਹ ਚੁੱਪ ਸਾਜ਼ਿਸ਼ੀ ਚੁੱਪ ਆ ਦਰਅਸਲ ਜਸਪਾਲ ਸਿੰਘ ਕਤਲਕਾਂਡ ਨੂੰ ਲੈ ਕੇ ਮਸਲਾ ਲਗਾਤਾਰ ਇਸ ਲਈ ਵੀ ਭਖਦਾ ਜਾ ਰਿਹਾ ਹੈ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਜੇ ਤੱਕ ਇਸ ਦਾ ਕੋਈ ਵੀ ਨੋਟਿਸ ਨਹੀਂ ਲਿਆ ਅਤੇ ਇੱਕ ਲਫ਼ਜ਼ ਤੱਕ ਇਸ ਮਸਲੇ 'ਤੇ ਨਹੀਂ ਬੋਲਿਆ ਜਦਕਿ ਪੰਜਾਬ ਦੇ ਵਿੱਚ ਕੋਈ ਵੀ ਘਟਨਾ ਵਾਪਰੇ ਤਾਂ ਕੈਪਟਨ ਅਮਰਿੰਦਰ ਸਿੰਘ ਘੱਟੋ ਘੱਟ ਸੋਸ਼ਲ ਮੀਡੀਆ 'ਤੇ ਉਸ ਨੂੰ ਲੈ ਕੇ ਕੋਈ ਨਾ ਕੋਈ ਜਾਂ ਫਿਰ ਲਿਖ ਦਿੰਦੇ ਨੇ ਜਾਂ ਫਿਰ ਕੋਈ ਨਾ ਕੋਈ ਵੀਡੀਓ ਜਾਰੀ ਕਰ ਦਿੰਦੇ ਨੇ ਜਾਂ ਫਿਰ ਮੀਡੀਆ ਦੇ ਵਿੱਚ ਕੋਈ ਨਾ ਕੋਈ ਬਿਆਨ ਜ਼ਰੂਰ ਜਾਰੀ ਕਰਦੇ ਨੇ ਪਰ ਇਸ ਮਸਲੇ ਦੇ ਵਿੱਚ ਅਜੇ ਤੱਕ ਇੱਕ ਲਫ਼ਜ਼ ਕੈਪਟਨ ਅਮਰਿੰਦਰ ਸਿੰਘ ਨਹੀਂ ਬੋਲੇ ਇਸੇ ਕਰਕੇ ਸ਼ਾਇਦ ਉਹਨਾਂ 'ਤੇ ਉਂਗਲਾਂ ਉੱਠਣ ਲੱਗੀਆਂ ਨੇ ਸਵਾਲ ਉੱਠਣ ਲੱਗੇ ਨੇ ਜਸਪਾਲ ਸਿੰਘ ਕਾਨ ਨੂੰ ਲੈ ਕੇ ਲਗਾਤਾਰ ਪੁਲਿਸ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਸਪਾਲ ਸਿੰਘ ਨੇ ਖੁਦਕੁਸ਼ੀ ਕੀਤੀ ਸੀ ਉਹਦੀ ਲਾਸ਼ ਅਸੀਂ ਨਹਿਰ ਦੇ ਵਿੱਚ ਸੁੱਟ ਦਿੱਤੀ ਪਰ ਉਹਨਾਂ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਜਸਪਾਲ ਸਿੰਘ ਨੇ ਖੁਦਕੁਸ਼ੀ ਨਹੀਂ ਕੀਤੀ ਪੁਲਿਸ ਵਾਲਿਆਂ ਨੇ ਉਸਦੀ ਹੱਤਿਆ ਕੀਤੀ ਹੈ ਅਤੇ ਉਸ ਤੋਂ ਬਾਅਦ ਲਾਸ਼ ਨੂੰ ਖੁਰਦਬੁਰਦ ਕਰ ਦਿੱਤਾ ਗਿਆ ਪਹਿਲਾਂ ਚਰਚਾ ਚੱਲੀ ਕਿ ਰਾਜਸਥਾਨ ਤੋਂ ਉਸਦੀ ਲਾਸ਼ ਬਰਾਮਦ ਹੋ ਗਈ ਹੈ ਪਰ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਲਾਸ਼ ਨਹੀਂ ਸੀ ਪੁਲਿਸ ਵਾਲੇ ਅਜੇ ਤੱਕ ਝੂਠ ਬੋਲਦੇ ਦਿਖਾਈ ਦਿੰਦੇ ਨੇ ਪੁਲਿਸ ਦੇ ਸਵਾਲ ਇਸ ਲਈ ਵੀ ਉੱਠਦੇ ਨੇ ਕਿਉਂਕਿ ਪਹਿਲਾਂ ਪੁਲਿਸ ਦਾ ਕਹਿਣਾ ਸੀ ਕਿ ਸਾਡੇ ਸੀਸੀਟੀਵੀ ਕੈਮਰੇ ਕੰਮ ਨਹੀਂ ਕਰਦੇ ਪਰ ਉਸ ਤੋਂ ਬਾਅਦ ਇੱਕ ਵੀਡੀਓ ਜਾਰੀ ਕੀਤੀ ਗਈ ਪੂਰੇ ਪਰਿਵਾਰਕ ਮੈਂਬਰਾਂ ਨੂੰ ਦਿਖਾਈ ਗਈ ਸਭ ਨੂੰ ਦਿਖਾਈ ਗਈ ਕਿ ਸਾਡੇ ਸੀਸੀਟੀਵੀ ਕੈਮਰੇ ਚੱਲਦੇ ਨੇ ਅਤੇ ਦੇਖੋ ਇਸ ਦੇ ਵਿੱਚ ਜਸਪਾਲ ਸਿੰਘ ਖੁਦਕੁਸ਼ੀ ਕਰਦਾ ਦਿਖਾਈ ਦਿੰਦਾ ਇਸ ਤਰ੍ਹਾਂ ਪੁਲਿਸ ਨੇ ਜੋ ਆਪਣੇ ਬਿਆਨ ਬਦਲੇ ਨੇ ਉਸ ਨੂੰ ਲੈ ਕੇ ਪੁਲਿਸ ਸ਼ੱਕ ਦੇ ਘੇਰੇ ਵਿੱਚ ਖੜੀ ਹੁੰਦੀ ਦਿਖਾਈ ਦਿੰਦੀ ਹੈ ਪਰ ਸ਼ੱਕ ਦੇ ਘੇਰੇ ਵਿੱਚ ਇਸ ਵੇਲੇ ਪੰਜਾਬ ਦੇ ਮੁੱਖ ਮੰਤਰੀ ਵੀ ਨੇ ਕਿ ਆਖਰ ਕਿਉਂ ਉਹ ਇੰਨਾ ਵੱਡਾ ਕਾਂਡ ਹੋ ਗਿਆ ਇੱਕ ਲਾਸ਼ ਪੰਜਾਬ ਦੇ ਵਿੱਚ ਨਹੀਂ ਮਿਲੀ ਹੈ ਪੁਲਿਸ ਹਿਰਾਸਤ ਦੇ ਵਿੱਚ ਮੌਤ ਹੋਈ ਹੈ ਅਤੇ ਉਹਦੀ ਲਾਸ਼ ਅਜੇ ਤੱਕ ਨਹੀਂ ਮਿਲੀ ਹੈ ਫਿਰ ਵੀ ਮੁੱਖ ਮੰਤਰੀ ਜੋ ਕਿ ਪੰਜਾਬ ਦੇ ਗ੍ਰਹਿ ਮੰਤਰੀ ਵੀ ਨੇ ਪੁਲਿਸ ਉਹਨਾਂ ਦੇ ਅੰਡਰ ਆਉਂਦੀ ਹੈ ਅਜੇ ਤੱਕ ਉਹਨਾਂ ਨੇ ਇੱਕ ਲਫ਼ਜ਼ ਇਸ ਦੇ ਬਾਰੇ ਕਿਉਂ ਨਹੀਂ ਬੋਲਿਆ ਅਤੇ ਇਹੀ ਸਵਾਲ ਹੁਣ ਅਸੀਂ ਤੁਹਾਡੇ ਤੋਂ ਦਾ ਪੰਜਾਬ ਟੀਵੀ ਦੇ ਦਰਸ਼ਕਾਂ ਤੋਂ ਪੁੱਛ ਲੈਣਾ ਚਾਹੁੰਦੇ ਹਾਂ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਇਸ ਮਸਲੇ 'ਤੇ ਕਿਉਂ ਨਹੀਂ ਬੋਲ ਰਹੇ ਜਦਕਿ ਉਹ ਤਾਂ ਬੜੀ ਠੋਕ ਵਜਾ ਕੇ ਹਰ ਮਸਲੇ 'ਤੇ ਗੱਲ ਕਰਦੇ ਨੇ ਇਸ ਬਾਰੇ ਤੁਹਾਨੂੰ ਜੋ ਵੀ ਲੱਗਦਾ ਤੁਹਾਡੀ ਜੋ ਵੀ ਰਾਏ ਇਸ ਖਬਰ 'ਤੇ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ ਜੇਕਰ ਤੁਸੀਂ ਇਸੇ ਤਰ੍ਹਾਂ ਪੰਜਾਬ ਦੀ ਹਰ ਖਬਰ ਨੂੰ ਨਿਰਪੱਖਤਾ ਨਾਲ ਦੇਖ ਦੇਣਾ ਚਾਹੁੰਦੇ ਹੋ ਤਾਂ ਯੂਟਿਊਬ ਤੇ ਦਾ ਪੰਜਾਬ ਟੀਵੀ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਬੈਲ ਵਾਲਾ ਬਟਨ ਜ਼ਰੂਰ ਦਬਾ ਲੈਣਾ ਅਤੇ ਜੇਕਰ ਤੁਸੀਂ ਇਹ ਵੀਡੀਓ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਫੇਸਬੁੱਕ ਤੇ ਸਾਡਾ ਪੇਜ ਲਾਈਕ ਕਰ ਲਓ ਤਾਂ ਜੋ ਤੁਸੀਂ ਪੰਜਾਬ ਦੀ ਕਿਸੇ ਵੀ ਖਬਰ ਤੋਂ ਖੁੰਝ ਨਾ ਸਕੋ ਮੈਂ ਜੱਜ ਸਿੰਘ ਚਾਹਲ ਅਗਲੀ ਵਾਰ ਫੇਰ ਹਾਜ਼ਰ ਹੋਵਾਂਗਾ ਤੁਸੀਂ ਬਣੇ ਰਹੋ ਦਾ ਪੰਜਾਬ ਟੀਵੀ ਦੇ ਨਾਲ